ਹੁਸ਼ਿਆਰਪੁਰ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਫਲੈਗ ਮਾਰਚ ਦੌਰਾਨ ਸ਼ਹਿਰ ਦੇ ਵਿੱਚੋਂ ਵਿੱਚ ਖੁੱਲ੍ਹੀ ਇੱਕ ਕਰਿਆਨੇ ਦੀ ਦੁਕਾਨ ਨੂੰ ਸੀਲ ਕੀਤਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਉਕਤ ਦੁਕਾਨ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰਕੇ ਦੁਕਾਨ 'ਤੇ ਮੌਜੂਦ ਇੱਕ ਮਹਿਲਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ SDM ਅਮਿਤ ਮਹਾਜਨ ਨੇ ਦੱਸਿਆ ਕਿ ਉਹਨਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਕਰਿਆਨੇ ਦੀ ਦੁਕਾਨ ਖੁੱਲ੍ਹੀ ਦੇਖਣ ਨੂੰ ਮਿਲੀ ਤੇ ਦੁਕਾਨ ਦੇ ਬਾਹਰ ਕਾਫੀ ਗ੍ਰਾਹਕ ਵੀ ਖੜ੍ਹੇ ਸਨ। ਕਿਸੇ ਵੱਲੋਂ ਵੀ ਸੋਸ਼ਲ ਡਿਸਟੈਂਸ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਸੀ। ਦੁਕਾਨ ਮਾਲਕ ਕੋਲ ਲਾਇਸੈਂਸ ਤਾਂ ਹੈ, ਪਰੰਤੂ ਉਹਨਾਂ ਵੱਲੋਂ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਉਕਤ ਦੁਕਾਨ ਨੂੰ ਸੀਲ ਕਰਕੇ ਦੁਕਾਨ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਸੀਂ ਰੂਟੀਨ ਫਲੈਗ ਮਾਰਚ ਕਰ ਰਹੇ ਹਾਂ। ਇੱਥੇ ਕਰਿਆਨੇ ਦੀ ਦੁਕਾਨ ਹੈ ਜਿਹੜੀ, ਖੈਰ ਇਹਨਾਂ ਕੋਲ ਲਾਇਸੈਂਸ ਹੈ, ਪਰ ਫਿਰ ਵੀ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਤੋੜ ਕੇ ਅਤੇ ਰਿਟੇਲ ਸੇਲ ਕਰ ਰਹੇ ਸੀ। ਇਹਨਾਂ ਨੂੰ ਪਹਿਲੇ ਵੀ ਵਾਰਨਿੰਗ ਦਿੱਤੀ ਜਾ ਚੁੱਕੀ, SHO ਸਾਹਿਬ ਦੱਸ ਰਹੇ ਸੀਗੇ, ਪਰੰਤੂ ਫਿਰ ਵੀ ਇਹਨਾਂ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਕਰਕੇ ਇਹਨਾਂ ਦੇ ਖਿਲਾਫ ਅੱਜ ਕਾਰਵਾਈ ਕੀਤੀ ਜਾ ਰਹੀ। ਸਰ ਕੀ ਕਾਰਵਾਈ? ਇਹਨਾਂ ਦਾ ਲਾਇਸੈਂਸ ਜਿਹੜਾ ਦਿੱਤਾ ਉਹ ਕੈਂਸਲ ਕੀਤਾ ਜਾ ਰਿਹਾ, ਦੁਕਾਨ ਜਿਹੜੀ ਉਹ ਬੰਦ ਕੀਤੀ ਜਾ ਰਹੀ ਹੈ। ਇਹਨਾਂ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਕਰ ਲਈ। ਸਰ ਹੋਰ ਵੀ ਸ਼ਹਿਰ 'ਚ ਚੈਕਿੰਗ ਚੱਲ ਰਹੀ ਹੈ? ਸ਼ਹਿਰ 'ਚ ਚੈਕਿੰਗ ਤਾਂ ਸਾਡੇ ਸੈਕਟਰ ਆਫਿਸਰਸ ਵੀ ਨੇ, ਸਾਰੇ ਪਾਸੇ ਚੱਲ ਹੀ ਰਹੀ ਹੈ। ਬੇਨਤੀ ਮੈਂ ਸਾਰਿਆਂ ਨੂੰ ਇਹ ਕਰਨੀ ਚਾਹਾਂਗਾ ਕਿ ਸੋਸ਼ਲ ਡਿਸਟੈਂਸਿੰਗ ਨੋਰਮਸ ਜਿਹੜੇ ਆ, ਕੁਆਰੰਟਾਈਨ ਜਿਹੜਾ, ਉਹ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਪਾਸੇ ਫੋਲੋ ਹੋ ਰਿਹਾ, ਪਰੰਤੂ ਫਿਰ ਵੀ ਕੁਛ ਏਰੀਆ ਐਸੇ ਨੇ ਜਾਂ ਕੁਛ ਲੋਕ ਐਸੇ ਨੇ ਜਿਨ੍ਹਾਂ ਵੱਲੋਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਲਾਇਸੈਂਸ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਜਾਂ ਲਾਲਚ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ, ਜਿਹੜਾ ਕਿ ਗਲਤ ਹੈ। ਅਸੀਂ ਲਾਇਸੈਂਸ ਦੇ ਰਹੇ ਹਾਂ, ਲਾਇਸੈਂਸ ਕੰਮ ਕਰਨ ਵਾਸਤੇ ਹੀ ਹੈ ਅਤੇ ਆਮ ਜਨਤਾ ਦੀ ਸਹੂਲਤ ਵਾਸਤੇ ਹੀ ਹੈ। ਜੇ ਉਹ ਹੋਮ ਡਿਲੀਵਰੀ ਦੇ ਵਾਸਤੇ, ਤਾਂ ਹੋਮ ਡਿਲੀਵਰੀ ਵਾਸਤੇ ਹੀ ਉਹਨੂੰ ਇਨਸ਼ੋਰ ਕੀਤਾ ਜਾਏ ਕਿ ਉਹ ਪ੍ਰੋਵਾਈਡ ਕਰਨ। ਇਸ ਤਰ੍ਹਾਂ ਵਾਇਲੇਸ਼ਨ ਹੋਏਗੀ ਤਾਂ ਸਖਤ ਕਾਰਵਾਈ ਕੀਤੀ ਜਾਏ। ਸ਼ਹਿਰ 'ਚ ਸਰ ਦੇਖਿਆ ਗਿਆ ਹੋਰ ਵੀ ਕਈ ਪਾਸੇ ਦੁਕਾਨਾਂ, ਛੋਟੀ ਛੋਟੀ ਸ਼ੋਪਸ ਆ ਜਿਹੜੀਆਂ ਮੁਹੱਲੇ 'ਚ ਖੋਲੀਆਂ ਹੋਈਆਂ ਆ, ਉਹਨਾਂ 'ਤੇ ਕੀ ਕਾਰਵਾਈ ਹੋਈ? ਇਹੋ ਹੀ ਕਾਰਵਾਈ ਹੈ, ਜੇ ਕੋਈ ਫੜਿਆ ਗਿਆ ਤਾਂ ਉਹਦੇ ਖਿਲਾਫ਼ ਬਹੁਤ ਸਖਤ ਕਾਰਵਾਈ ਕੀਤੀ ਜਾਏ। ਅੱਜ ਦੌਰਾਨੇ ਫਲੈਗ ਮਾਰਚ SDM ਸਾਹਿਬ ਵੱਲੋਂ ਉੱਥੇ ਪਾਇਆ ਗਿਆ ਕਿ ਨਗੀਤਾ ਜਨਰਲ ਸਟੋਰ ਜਿਹੜੇ ਕੋਲ ਲਾਇਸੈਂਸ ਹੋਲਡਰ ਹੈਗੇ ਆ, ਆਪਣੇ ਪਾਸ ਹੋਲਡਰ ਹੈ, ਲਾਇਸੈਂਸ ਹੋਲਡਰ ਵੀ ਹੈ, ਉਹਨੇ ਦੁਕਾਨ 'ਤੇ ਰਸ਼ ਪਿਆ ਸੀ, ਜਿਹੜੇ ਸੋਸ਼ਲ ਡਿਸਟੈਂਸ ਦੀ ਵਾਇਲੇਸ਼ਨ ਕਰ ਰਹੇ ਸੀਗੇ, ਅਤੇ ਉੱਥੇ ਗਏ ਸੀਗੇ, ਦੁਕਾਨ 'ਤੇ ਪਾਇਆ ਗਿਆ ਵੀ ਉਹਨਾਂ ਨੇ ਕਰਫਿਊ ਪਾਸ ਚੈੱਕ ਕੀਤਾ ਗਿਆ ਅਤੇ ਦੇਖਿਆ ਗਿਆ ਵੀ ਉਹਨਾਂ ਨੇ ਜਿਹੜੀ ਵਾਇਲੇਸ਼ਨ ਕੀਤੀ ਹੈ ਉਸਦੇ ਅਕੋਰਡਿੰਗਲੀ ਉਹਨਾਂ ਨੇ ਦੁਕਾਨ ਸੀਲ ਕਰ ਦਿੱਤੀ। ਧਾਰਾ ਤਾਂ ਜੋ ਵੀ ਐਡਵਾਈਜ਼ ਜੋ ਵੀ ਬਣਦੀਆਂ ਉਹ ਤਾਂ ਲੱਗ ਜਾਣਗੀਆਂ, ਲੇਕਿਨ ਜਿਹੜੀ ਇਸ ਟਾਈਮ ਮੌਕੇ 'ਤੇ ਤਾਂ ਅਨਾਊਂਸ ਨਹੀਂ ਕਰ ਸਕਦੇ ਕਿਹੜੀ ਧਾਰਾ ਲੱਗੀ ਕਿਹੜੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਨਗੀਨਾ ਜਨਰਲ ਸਟੋਰ ਹਰਾਸਤ ਵਿੱਚ ਲਿਆ ਸਰ? ਹਾਂਜੀ, ਪੁੱਛਗਿੱਛ ਲਈ ਲਿਆ ਜੀ ਇਹਨਾਂ ਨੂੰ, ਸੀਮਾ ਵੀਨਾ ਜੈਨ।